सारिया मेरे वालों सत श्री अकाल। उम्मीद करते सारे जने ठीक ठाक होवोगे, चढ़ती कला चोवोगे। अज आप लैके आए तुहाडे वास्ते नवा ब्लॉग, वेलकम टू अनदर ब्लॉग। सो अज आप गल करांगे, मैनू बहुत ज़्यादा कमेंट्स आ रहे हैं कि पी आर जिहड़े हैगे ने जां डायरैक्ट जिहड़े पी आर आंदे ने आस्ट्रेलिया दे विच, उन्हां दा इत्थे जिहड़ा किवें नाल आ अपने वन एंड ओनली। सत श्री अकाल जी, की हाल आ? ठीक ठाक जी, वधिया। अजय पाल भाजी ते आपां अज गल करांगे, क्योंकि भाजी नूं जिहड़ा आ 15-16 साल का एक्सपीरियंस हैगा। इन्हां दे एक्सपीरियंस तो आपां इह जाणांगे कि जिहड़े डायरैक्ट पी आर आउंदे आ भाजी, है ना, ज़्यादातर मैनूं आउंदे आ कि डायरैक्ट पी आर वालिआं दा इत्थे किवें आ। बिल्कुल करके डिस्कशन फिर तुसीं वी ज़्यादा अंडरस्टैंड कर जाओगे। मुद्दा ये आ कि स्टूडेंट वीजे ते वर्क वीजे ते ते पी आर की डिफरेंस की आ, अज आप वो डिस्कस करांगे, तुहानू दसांगे कि रियलिटी है की आ। सब तो पहला तो जिहड़े हुण 1 जुलाई तो नवे रूल्स आए आ कि स्टूडेंट वास्ते आ कि 24 आवर्स जिहड़े आ काम कर सकते आ, ठीक है। बेसिकली मतलब 5 दिन 8 घंटे काम नू फुल टाइम कहिंदे आ। बेसिकली घट्टो घट्ट जिहड़ा बंदा कर सकदा मोस्टली 5 दिन 8 घंटे काम अराउंड। ते कई आपां नू मतलब मेंटालिटी भाजी इह सैट वा कि जेकर बंदा पी आर वा, इट मीनस पी आर इज इक्वल टू पैसा, ऐश, शोहरत, नजारे, ठीक है। मतलब जो जिहड़ी इह रियलिटी है, इह सोचणी आ अपणी, है ना, कि जे बंदा पी आर वा ते नजारे आ, टू बी ऑनेस्ट डायरैक्ट भावें पी आर आओ, इहदा मतलब इह थोड़ी आ कि तुसीं डायरैक्ट पी आर आ रहे आ ते इत्थे आउंदिआं सारी तुहाडा यार दिहाड़ी दा $1000 मिलिआ करना, $2000 मिलिआ करना, ਇਹ ਤੇ ਝੂਠ ਵਾ ਨਿਰਾ, ਹੈ ਨਾ। ਬਿਲਕੁਲ ਬਿਲਕੁਲ, ਇਹ ਡਾਇਰੈਕਟ ਕੁਛ ਨਹੀਂ ਹੈ, ਡਾਇਰੈਕਟ ਪੀ ਆਰ ਆ। ਉਹ ਸਿਕਿਉਰਿਟੀ ਇਹ ਆ, ਤੁਹਾਨੂੰ ਫੀਸਾਂ ਨਹੀਂ ਦੇਣੀਆਂ ਪੈਂਦੀਆਂ, ਤੁਹਾਨੂੰ ਉਸ ਝੰਝਟਾਂ 'ਚ ਨਹੀਂ ਪੈਣਾ ਪੈਂਦਾ ਕਿ ਟੀ ਆਰ ਨਹੀਂ ਲੈਣੀ ਪੈਂਦੀ। ਡਾਇਰੈਕਟ ਪੀ ਆਰ ਜੇ, ਉਹ ਤੋਂ ਬਾਅਦ ਆਪਣੀ ਸਿਟੀਜਨ ਪਾਓ ਅਤੇ ਆਪਣਾ ਕੰਮ ਕਰੋ। ਕੰਮ ਤਾਂ ਕਰਨਾ ਹੀ ਪੈਣਾ ਆ, ਮਰਦੇ ਦਮ ਤੱਕ ਇੱਥੇ ਜਿਹੜਾ ਕੰਮ ਕਰਨਾ ਪੈਣਾ ਆ, ਭਾਵੇਂ ਤੁਹਾਡੇ ਕੋਲ ਕਰੋੜਾਂ ਰੁਪਏ ਆ, ਕੋਈ 10 ਕਰੋੜ ਦਾ ਮਾਲਕ, 50 ਕਰੋੜ ਦਾ, 100 ਕਰੋੜ ਦਾ ਕੰਮ ਕਰਨਾ। ਹੁਣ ਜੇ ਅੰਬਾਨੀ ਦੀ ਗੱਲ ਕਰੀਏ, ਇੰਡੀਆ ਬੈਠਾ ਕੰਮ ਤਾਂ ਉਹ ਵੀ ਕਰਦੇ ਨੇ, ਬੰਦਾ ਕੰਮ ਕਰਨਾ ਕਿਨੂੰ ਕਹਿੰਦੇ ਆ ਪਹਿਲਾਂ ਬੰਦਾ ਕੰਮ ਕਰਨਾ ਕਿ ਮੈਂ ਇੱਕ ਜੌਬ ਲੱਭਾਂ ਆਪਣਾ ਵਧੀਆ ਸਰਵਾਈਵ ਕਰਾਂ, ਹੈ ਨਾ, ਜਾਂ ਆਪਣੇ ਖਰਚੇ ਪੱਟੇ ਕੱਢਾਂ, ਸਾਰਾ ਕੁਛ ਕਰਾਂ। ਦੂਜੇ ਨੰਬਰ 'ਤੇ ਬੰਦਾ ਕੰਮ ਕਰਦਾ ਜਦੋਂ ਸਾਰਾ ਕੁਛ ਥੋੜ੍ਹਾ ਬਹੁਤਾ ਸਟੇਬਲ ਹੋ ਗਿਆ, ਉਹ ਤੋਂ ਬਾਅਦ ਬੰਦਾ ਸੋਚਦਾ ਮੈਂ ਆਪਣਾ ਬਿਜ਼ਨਸ ਕਰਾਂ, ਹੈ ਨਾ। ਬਿਲਕੁਲ, ਫਿਰ ਉਹ ਬਿਜ਼ਨਸ ਨੂੰ ਸੈਟਅਪ ਕਰਨ ਲਈ ਕੰਮ ਕਰਦਾ। ਤੀਜੇ ਨੰਬਰ 'ਤੇ ਕੰਮ ਹੁੰਦਾ ਵਾ, ਉਹ ਸੈਟਅਪ ਹੋ ਗਿਆ ਬਿਜ਼ਨਸ, ਉਹਨੂੰ ਮੇਨਟੇਨ ਕਰਨ ਲਈ ਕੰਮ ਕਰਨਾ। ਬਿਲਕੁਲ, ਉਹਨੂੰ ਮੇਨਟੇਨ ਕਰਨ ਲਈ ਹੈਡਿਕਸ ਘੱਟ ਵਾ, ਪਰ ਸਟਿਲ ਉਹਨੂੰ ਕੰਮ ਹੀ ਕਿਹਾ ਜਾ ਸਕਦਾ ਵਾ, ਕਿ ਤੁਹਾਡੇ ਸਿਰ 'ਤੇ ਨਹੀਂ ਕੋਈ ਬੋਸ, ਤੁਹਾਨੂੰ ਕੁਝ ਨਹੀਂ ਆ, ਪਰ ਉਹਨੂੰ ਮੇਨਟੇਨ ਰੱਖਣਾ, ਤੁਸੀਂ ਸਟਾਫ ਨੂੰ ਮੇਨਟੇਨ ਰੱਖਣਾ, ਸਾਰਾ ਕੁਝ ਕਰਨਾ। ਇਹ ਵੀ ਇੱਕ ਕੰਮ ਦਾ ਪਾਰਟ ਆ। ਇਹ 3 ਤਰ੍ਹਾਂ ਦੇ ਕੰਮ ਆ, 3 ਸਟੈਪ ਆ, ਤੇ ਇਹ ਕਾਮਯਾਬ ਹੋਣ ਲਈ 3 ਸਟੈਪ ਤੁਹਾਨੂੰ ਫੋਲੋ ਕਰਨੇ ਪੈਣੇ ਆ। ਹੁਣ ਸੌਂਗੇ ਤੇ ਸਾਰਾ ਕੁਝ ਹੋ ਜਾਣਾ, ਕੰਮ ਸਾਰਾ ਕੁਝ ਚੱਲ ਪਿਆ ਤੁਹਾਡਾ। ਜਿਵੇਂ ਮੰਨ ਲਓ ਭਾਜੀ, ਇੱਕ ਮੈਂ ਤੁਹਾਡੀ ਗੱਲ ਤੋਂ ਲੱਗਾ, ਜਿਵੇਂ ਬੰਦਾ ਪੀ ਆਰ ਆਉਂਦਾ ਆ, ਹਾਂਜੀ, ਹੁਣ ਜਿਵੇਂ ਆਪਾਂ ਲੋਕ, ਜਿਵੇਂ ਮੰਨ ਲਓ ਇੱਕ ਸਟੂਡੈਂਟ ਆਇਆ, ਇੱਕ ਸਟੂਡੈਂਟ ਆਇਆ, ਉਹ ਜਿਹੜਾ ਕੰਮ ਕਰਦਾ ਵਾ ਘੰਟੇ ਦੇ ਹਿਸਾਬ ਨਾਲ, ਹੁਣ ਪੀ ਆਰ ਆਇਆ, ਚਲੋ ਇਹ ਉਹਦੇ ਕੋਲ ਇਹ ਅਪੋਰਚੁਨਿਟੀ ਹੁੰਦੀ ਆ, ਉਹ ਡਾਇਰੈਕਟ ਬਿਜ਼ਨਸ ਕੋਈ ਖੋਲ ਸਕਦਾ ਆ, ਬਟ ਉਹਦੇ ਵਾਸਤੇ ਵੀ ਉਹਨਾਂ ਨੂੰ ਇਨਫ ਪੈਸਾ ਚਾਹੀਦਾ ਆ। ਹਾਂ, ਇਨਫ ਪੈਸਾ ਚਾਹੀਦਾ, ਪੈਸਾ ਤਾਂ ਚਾਹੀਦਾ ਹੀ ਹੈ ਨਾ, ਪਰ ਉਹ ਪੈਸਾ ਕਿੱਦਾਂ ਕਰੂਗਾ? ਪਹਿਲਾਂ ਕੋਈ ਸਿੱਖੂਗਾ, ਕੋਈ ਆਪਣਾ ਟ੍ਰੇਡ ਸਿੱਖੂਗਾ, ਕੁਝ ਕਰੂਗਾ, ਫੇਰ ਹੀ ਉਹ ਇਨਵੈਸਟ ਕਰ ਸਕਦਾ ਨਾ। ਉਹੀ ਨਾ, 3 ਪਾਰਟ 3 ਸਟੈਪ ਆ ਕੰਮ ਕਰਨ ਦਾ, ਵੀ ਮਤਲਬ ਆ ਵੀ ਕੰਮ ਕਰਨਾ ਕਿਹੜੇ ਕੀ ਕੰਮ ਕਰਨ ਡਿਆ ਬੰਦਾ, ਹੈ ਨਾ। ਜਦੋਂ ਕੰਮ ਆਪਣਾ ਮੇਨਟੇਨ ਕਰ ਲੈਂਦੇ ਆਪਾਂ, ਜਦੋਂ ਸਟਾਫ ਕੰਮ ਕਰਦਾ ਸਾਡੇ ਲਈ ਸਾਰਾ ਕੁਝ ਆ, ਉਹਨੂੰ ਮੇਨਟੇਨ ਰੱਖਣ ਲਈ ਵੀ ਸਾਨੂੰ ਐਕਟਿਵ ਰਹਿਣਾ ਜ਼ਰੂਰੀ ਆ, ਕੰਮ ਕਰਨਾ ਜ਼ਰੂਰੀ ਆ। ਬਿਲਕੁਲ, ਤੇ ਉਹਨੂੰ ਰੱਖਾਂਗੇ ਨਹੀਂ ਤਾਂ ਫਿਰ ਆਪਾਂ। ਆਸਟ੍ਰੇਲੀਆ ਦੀ ਇੱਕ ਮੈਂ ਤੁਹਾਨੂੰ ਸਪੈਸ਼ਲ ਚੀਜ਼ ਦੱਸਣ ਲੱਗਾ ਆ, ਸ਼ਾਇਦ ਮੈਨੂੰ ਨਹੀਂ ਪਤਾ ਕਿ ਅੱਜ ਤੱਕ ਕਿਸੇ ਨੇ ਦੱਸੀ ਹੋਏਗੀ ਜਾਂ ਨਹੀਂ, ਆਸਟ੍ਰੇਲੀਆ ਵਰਲਡ ਦੇ ਵਿੱਚ, ਭਾਜੀ ਸ਼ਾਇਦ ਤੁਹਾਨੂੰ ਪਤਾ ਹੋਵੇ, ਵਰਲਡ ਦੇ ਵਿੱਚ ਮੈਂ ਐਕਸਪਲੋਰ ਕੀਤਾ, ਮੈਂ ਸਰਚ ਕੀਤਾ ਆ, ਐਵੇਂ ਨਹੀਂ ਬੋਲ ਰਿਹਾ, ਮੈਂ ਗੂਗਲ ਕਰਕੇ ਵੇਖਿਆ, ਮੈਂ ਵਿਕੀਪੀਡੀਆ ਤੋਂ ਸਰਚ ਕੀਤਾ। ਅੱਛਾ ਅੱਛਾ, ਪੂਰੇ ਵਰਲਡ ਦੇ ਵਿੱਚ ਪਹਿਲੀ ਕੰਟਰੀ ਆ ਭਾਜੀ ਜਿਹੜੀ ਜਿਹਦਾ ਮਿਨੀਮਮ ਵੇਜ ਜਿਹੜਾ ਵਾ ਸਭ ਤੋਂ ਹਾਈਐਸਟ ਆ। ਹਾਂ ਹਾਂ ਬਿਲਕੁਲ, ਤੇ ਮਿਨੀਮਮ ਵੇਜ ਜਿਹੜਾ 23 ਚੱਲਦਾ ਪਿਆ ਇਸ ਟਾਈਮ, $23 ਪਰ ਆਵਰ ਮਿਨੀਮਮ ਕਹਿ ਰਿਹਾ ਮੈਂ, ਮਤਲਬ $23 ਜਿਹੜਾ ਆ ਮਸਟ ਵਾ ਹਰ ਇੱਕ ਨੂੰ ਮਿਲਣੇ, ਚਾਹੇ ਉਹ ਸਟੂਡੈਂਟ ਆ, ਚਾਹੇ ਉਹ ਵਰਕਿੰਗ ਰਾਈਟਸ ਆ, ਚਾਹੇ ਉਹ ਨਵਾਂ ਆਉਂਦਾ ਆ, ਲੀਗਲ ਜਿਹੜਾ ਆ $23 ਜਿਹੜਾ ਮਸਟ ਵਾ ਐਜ਼ ਪਰ ਟਰਮਸ ਐਂਡ ਕੰਡੀਸ਼ਨ ਆਫ ਆਸਟ੍ਰੇਲੀਅਨ ਜੋ ਵੀ ਆ ਵਰਕ ਰਾਈਟਸ ਆ, ਜੋ ਵੀ $23 ਮਿਲਦੇ ਆ ਆਸਟ੍ਰੇਲੀਆ ਦੇ ਵਿੱਚ, ਪਹਿਲੀ ਕੰਟਰੀ ਆ। ਤੇ ਜਿਹੜੀ ਯੂ ਐਸ ਏ ਆ, ਜਿਹਨੂੰ ਆਪਾਂ ਕਹਿੰਦੇ ਆ ਕਿ
ਮਤਲਬ ਯੂ ਐਸ ਏ ਗਿਆ ਤੇ ਪੈਸਾ ਲਹਿਰਾਂ ਬਹਿਰਾਂ ਉਹਦਾ ਜਿਹੜਾ ਆ ਵਰਕਿੰਗ ਆਵਰਸ ਜਿਹੜੇ ਆ ਪਰ ਡਾਲਰ ਦੇ ਹਿਸਾਬ ਨਾਲ ਪਰ ਘੰਟੇ ਦੇ ਹਿਸਾਬ ਨਾਲ ਪਹਿਲੇ 10 ਨੰਬਰਾਂ ਚੋਂ ਕਿਤੇ ਗਿਣਤੀ ਮਿਣਤੀ ਚ ਨਹੀਂ ਨਹੀਂ ਉਹ ਪਤਾ ਮੈਨੂੰ ਉੱਥੇ ਖਰਚੇ ਬਹੁਤ ਜ਼ਿਆਦਾ ਵਾ ਤੇ ਮਿਨੀਮਮ ਜੇ ਆ ਤੇ ਥੋੜੇ ਆ ਤੇ ਨਾ ਮਤਲਬ ਤੇ ਨਿਊਜ਼ੀਲੈਂਡ ਨਿਊਜ਼ੀਲੈਂਡ ਦੀ ਗੱਲ ਕਰਾਂ ਤੀਸਰੇ ਨੰਬਰ ਤੇ ਆ ਭਾਜੀ ਉਸ ਤੋਂ ਬਾਅਦ ਜਿਹੜਾ ਯੂਕੇ ਮੈਂ ਮੇਨ ਮੇਨ ਕੰਟਰੀਆਂ ਤਾਂ ਕਰਕੇ ਕਰਨੇ ਕਿਉਂਕਿ ਜ਼ਿਆਦਾਤਰ ਸਟੂਡੈਂਟ ਇੱਥੇ ਜਾਂਦੇ ਆ ਤੇ ਜਿਹੜਾ ਯੂਕੇ ਆ ਉਹ 7ਵੇਂ ਨੰਬਰ ਤੇ ਆ ਆਸਟ੍ਰੇਲੀਆ ਹਾਂ ਬੈਸਟ ਆ ਮਤਲਬ ਇੱਥੇ ਚਲੋ ਪੈਸਾ ਵੀ ਬੰਦਾ ਆਸਟ੍ਰੇਲੀਆ ਕਿੱਦਾਂ ਦੀ ਕੰਟਰੀ ਆ ਕਿ ਜਿਹੜੀ ਬੰਦੇ ਨੂੰ ਸਾਲ ਦੇ ਵਿੱਚ ਸੱਚੀ ਉਹ ਸਟੈਂਡ ਕਰ ਦਿੰਦੀ ਆ ਦੋ ਸਾਲ ਦੇ ਵਿੱਚ ਤੇ ਬੰਦਾ ਨਜ਼ਾਰੇ ਮਤਲਬ ਸੀਰੀਅਸਲੀ ਇਹ ਹੈਗਾ ਆ ਇੱਥੇ ਬਟ ਮਿਹਨਤ ਤੇ ਕਰਨੀ ਪੈਣੀ ਆ ਆਪਣੀ ਸੋਸਾਇਟੀ ਤੇ ਡਿਪੈਂਡ ਆ ਕਿ ਸਾਡੇ ਯਾਰ ਦੋਸਤ ਕਿੱਦਾਂ ਦੇ ਆ ਸਾਰਾ ਕੁਝ ਕਿੱਦਾਂ ਵਾ ਸਾਡਾ ਸੁਭਾਅ ਕੀ ਆ ਅਸੀਂ ਲਟਾਉਂਦੇ ਆ ਜਾਂ ਜੋੜਨੇ ਆ ਜਾਂ ਕੀ ਹਿਸਾਬ ਦਾ ਵਾ ਸ਼ੁਰੂਆਤੀ ਜਿਹੜਾ ਜਦੋਂ ਆਪਾਂ ਇੱਥੇ ਆਉਂਦੇ ਆ ਸਾਨੂੰ ਥੋੜਾ ਜਿਹਾ ਦਿਮਾਗ ਤੋਂ ਕੰਮ ਲੈ ਕੇ ਪੂਰਾ ਆਪਣਾ ਪਿੱਛੋਂ ਵੇਖ ਕੇ ਘਰ ਬਾਰ ਸਾਰਾ ਕੁਝ ਹਨਾ ਕਿ ਆਪਣੀ ਇੱਕ ਰਿਸਪੋਨਸੀਬਿਲਟੀ ਸਮਝ ਕੇ ਨਾ ਥੋੜੇ ਬਹੁਤੇ ਆਪਣੇ ਚਾ ਮਾਰ ਕੇ ਸ਼ੁਰੂਆਤੀ ਸਾਲ 'ਚ ਸਾਨੂੰ ਬਿਲਕੁਲ ਪਹਿਲਾਂ ਸਟੈਂਡ ਕਰਨਾ ਚਾਹੀਦਾ ਆਪਣੇ ਆਪ ਨੂੰ ਪਹਿਲਾਂ ਸਟੈਂਡ ਕਰੋ ਫਿਰ ਉਸ ਤੋਂ ਬਾਅਦ ਫਿਰ ਦੂਸਰੇ ਕੁ ਸਾਲ ਤੋਂ ਨਜ਼ਾਰੇ ਹੀ ਆ ਕੋਈ ਚੱਕਰ ਨਹੀਂ ਆਪਣੇ ਤੇ ਵੀ ਸਪੈਂਡ ਕਰੋ ਉਸ ਤੋਂ ਬਾਅਦ ਹਨਾ ਜਿਵੇਂ ਆ ਕੇ ਨਾ ਇੱਥੇ ਆ ਕੇ ਆਪਾਂ ਕਹਿੰਦੇ ਆ ਕਿ ਮਸਟੈਂਗ ਕਢਾ ਲੈਣੀ ਆ ਗੱਡੀਆਂ ਲੈਣੀਆਂ ਨੋ ਡਾਊਟ ਦੀ ਕਢਾ ਸਕਦੇ ਜੇ ਜਿਹੜੀ ਰਿਐਲਿਟੀ ਆ ਕਿਸ਼ਤਾਂ ਤੇ ਸਭ ਕੋਈ ਲੋਨ ਹੋ ਜਾਂਦਾ ਹੈ ਨਾ ਆਪਾਂ ਇੱਥੇ ਆ ਕੇ ਗੱਡੀਆਂ ਲੈ ਸਕਦੇ ਜੇ ਜੇਕਰ ਆਪਾਂ ਸ਼ੋਅ ਆਫ ਕਰਨਾ ਆ ਫੁਕਰੀ ਮਾਰਨੀ ਹੁਣ ਵੇਖੋ ਇੱਕ ਗੱਲ ਵਾ ਆ ਸਿਟੀ ਚੋਂ ਲੰਘਣ ਡੇ ਆਪਾਂ ਠੀਕ ਆ ਹੁਣ ਮੈਂ ਇੱਥੇ ਸਟੋਰੀਆਂ ਪਾਵਾਂ ਬਣਾਵਾਂ ਕਿ ਉਹ ਸਿਟੀ 'ਚ ਘੁੰਮਣ ਡਿਆ ਇਹ ਮੈਂ ਸ਼ੋਅ ਕਰੀ ਜਾਵਾਂ ਬਟ ਰਿਐਲਿਟੀ ਕੀ ਆ ਉਹ ਕੋਈ ਨੀ ਸ਼ੋਅ ਕਰੂਗਾ ਨਾ ਉਹ ਨੀ ਕਰੂਗਾ ਸ਼ੋਅ ਕੋਈ ਗੱਲ ਤਾਂ ਇਹ ਆ ਕਿ ਜੇਕਰ ਆਪਾਂ ਰੋਲਾ ਪਾ ਪਾ ਕੇ ਰਿਐਲਿਟੀ ਦੱਸਣ ਡਿਆ ਹੁਣ ਕਈ ਕਹਿਣਗੇ ਕਿ ਯਾਰ ਤੂੰ ਚੱਲ ਗਿਆ ਰੋਲਾ ਪਾਉਣ ਡਿਆ ਯਾਰ ਆਓ ਇਹਨਾ ਵਧੀਆ ਨਜ਼ਾਰੇ ਆਓ ਇੱਥੇ ਆ ਘੁੰਮੋ ਅੰਦਰ ਜਾਓ ਘੁੰਮ ਕੇ ਵੇਖੋ ਆ ਕੇ ਨੌਕਰੀਆਂ ਲੱਭੋ ਜੋਬਾਂ ਲੱਭੋ ਮੈਂ ਚੀਜ਼ ਇਹ ਚਾਹੁੰਦਾ ਆ ਕਿ ਪੈਸਾ ਜੇਕਰ ਤੁਸੀਂ ਬਚਾਉਣਾ ਚਾਹੁੰਦੇ ਵੀ ਜੇ ਪੈਸਾ ਬਚ ਸਕਦਾ ਆ ਜਿੱਦਾਂ ਭਾਜੀ ਨੇ ਗੱਲ ਕੀਤੀ ਆ ਸੁਸਾਇਟੀ ਤੇ ਡਿਪੈਂਡ ਕਰਦਾ ਆ ਯਾਰ ਦੋਸਤ ਕਿੱਦਾਂ ਦੇ ਆ ਜੇ ਯਾਰ ਦੋਸਤ ਕਈ ਵਾਰੀ ਕਹਿ ਦਿੰਦੇ ਉਹ ਆ ਯਾਰ ਖਰਚਦੇ ਆ ਉਹ ਆਪ ਨੀ ਖਰਚਦੇ ਹੁੰਦੇ ਪਰ ਹਾਂ ਉਹ ਫੁਕਰਬਾਜ਼ੀ ਦੂਜਿਆਂ ਦਾ ਖਰਚਾ ਦਿੰਦੇ ਆ ਬਿਲਕੁਲ ਹੁਣ ਇਹ ਚੱਕਰ ਇਹ ਆ ਕਿ ਚਲੋ ਵੇਖੋ ਆਪਣੇ ਆਪ ਨੂੰ ਵੀ ਟਾਈਮ ਦੇਣਾ ਚਾਹੀਦਾ ਆਪਣੇ ਵੀ ਪੈਸੇ ਖਰਚੋ ਪਰ ਉਹਦਾ ਟਾਈਮ ਹੋਣਾ ਚਾਹੀਦਾ ਕੋਈ ਪਹਿਲਾਂ ਸਟੈਂਡ ਹੋ ਜਾਓ ਇੱਕ ਸਾਲ ਲਾਓ ਆਪਣੇ ਦੇ ਉਹ ਤੋਂ ਇੱਕ ਸਾਲ ਦੇ ਵਿੱਚ ਮੇ ਬੀ ਇੱਕ ਦੋ ਇੱਕ ਅੱਧਾ ਦਿਨ ਰੱਖੋ ਆਊਟਿੰਗ ਹਨਾ ਉਹ ਤੋਂ ਬਾਅਦ ਇੱਕ ਅੱਧਾ ਦਿਨ ਮਹੀਨੇ 'ਚ ਰੱਖੋ ਆਊਟਿੰਗ ਹਨਾ ਉਹ ਤੋਂ ਬਾਅਦ ਲਾ ਲਓ ਤੁਸੀਂ ਸਾਲ ਬਾਅਦ ਫਿਰ ਹੌਲੀ ਹੌਲੀ ਆਪਣੇ ਆਪ ਨੂੰ ਜ਼ਿਆਦਾ ਟਾਈਮ ਦੇਣਾ ਸ਼ੁਰੂ ਕਰੋ ਫਿਰ ਆਪਣੇ ਸ਼ੌਂਕ ਪੂਰੇ ਕਰੋ ਸਾਰਾ ਕੁਛ ਕਰੋ ਹਨਾ ਪਹਿਲਾਂ ਪਤਾ ਨਹੀਂ ਇਹ ਵੀ ਆਏ ਤੇ ਗਏ ਪੈਸੇ ਆਏ ਤੇ ਲਟਾਤੇ ਇੱਦਾਂ ਨਹੀਂ ਸਮਝਦਾਰੀ ਇਸ ਚੀਜ਼ 'ਚ ਆ ਵੀ ਧਿਆਨ ਦੇ ਕੇ ਥੋੜ੍ਹਾ ਬਹੁਤਾ ਖਰਚਾ ਪਤਾ ਕਰੋ ਅਤੇ ਸਟੈਂਡ ਕਰੋ ਪਹਿਲਾਂ ਆਪਣੇ ਆਪ ਨੂੰ ਦੂਜੀ ਗੱਲ ਆ ਵੀ ਕਿਸ਼ਤਾਂ ਤੇ ਗੱਡੀਆਂ ਗੁੱਡੀਆਂ ਮਿਲਦੀਆਂ ਇੱਥੇ ਸਾਰਾ ਕੁਛ ਹੁੰਦਾ ਬਟ ਕਿਸ਼ਤ ਵੀ ਉਹਨੂੰ ਮਿਲਦੀ ਹੈ ਜਿਹੜਾ ਫਾਈਨੈਂਸ਼ਲੀ ਠੀਕ ਹੈ ਬੰਦਾ ਇਹ ਵੀ ਇੱਕ ਤੈਨੂੰ ਸ਼ਾਇਦ ਨਾ ਇਹ ਚੀਜ਼ ਦਾ ਪਤਾ ਹੈ ਨਹੀਂ ਪਤਾ ਕਿਸ਼ਤ ਮਿਲਦੀ ਹੈ ਜਿਹੜਾ ਬੰਦਾ ਫਾਈਨੈਂਸ਼ਲੀ ਜਿਹਨੂੰ ਪ੍ਰੋਪਰ ਪੇ ਸਲਿਪਸ ਦੇ ਨਾਲ ਪੇ ਮਿਲਦੀ ਹੈ ਵਧੀਆ ਓਕੇ ਤੇ ਉਹਦੇ ਤੌਰ ਤੇ ਹੀ ਫਿਰ ਬੈਂਕ ਲੋਨ ਕਰਦਾ ਵਾ ਵੀ ਉਹਦਾ ਵੇਖ ਕੇ ਕਿ ਇਹਦੀ ਪੇ ਕਿੰਨੀ ਆ ਵੀਕਲੀ ਮੰਥਲੀ ਕਿੰਨੀ ਪੇ ਆ ਕਿ ਇਹ ਅਫੋਰਡ ਕਰ ਪਾਊਗਾ ਗੱਡੀ ਖਰੀਦਣੀ ਤੇ ਜੇ ਆਪਾਂ ਨੂੰ ਦੇ ਦਿੱਤੀ ਕਿਸ਼ਤਾਂ ਲਾ ਲੂਗਾ ਸਾਰਾ ਕੁਝ ਚੈੱਕ ਚੁੱਕ ਕਰਕੇ ਤੇ ਉਹ ਬਜਟ ਦੇ ਅਕੋਰਡਿੰਗ ਉਹਨੂੰ ਫਿਰ ਲੋਨ ਮਿਲਦਾ ਵਾ ਤੇ ਫਿਰ ਉਸ ਲੋਨ ਤੋਂ ਫਿਰ ਉਹ ਗੱਡੀ ਲਾ ਲੈਂਦਾ ਮੋਸਟਲੀ ਸਟੂਡੈਂਟਸ ਜਾਂ ਜਿਹੜੇ ਆ ਨੋਨ ਪਰਮਾਨੈਂਟ ਹੁੰਦੇ ਆ ਉਹਨਾਂ ਨੂੰ ਘੱਟ ਮਿਲਦਾ ਲੋਨ ਦੇ ਚਾਂਸਸ ਬਹੁਤ ਘੱਟ ਹੁੰਦੇ ਉਹਨਾਂ ਨੂੰ ਮਿਲਦਾ ਨਹੀਂ ਆ ਮਤਲਬ ਕਹਿ ਲਈਏ ਕਿ ਪਰਮਾਨੈਂਟ ਜੇਕਰ ਕੋਈ ਆਉਂਦਾ ਹੈ ਉਹਦੇ ਨੋ ਡਾਊਟ ਫਾਇਦੇ ਤੇ ਹੈਗੇ ਆ ਫਾਇਦੇ ਹੈਗੇ ਆ ਬਟ ਜੇ ਫਾਈਨੈਂਸ਼ਲੀ ਵਧੀਆ ਨਹੀਂ ਉਹਦੇ ਪੇ ਸਲਿਪਸ ਵਧੀਆ ਨਹੀਂ ਆ ਤੇ ਉਹ ਤਾਂ ਵੀ ਉਹਨੂੰ ਲੋਨ ਨਹੀਂ ਮਿਲਣਾ ਮਤਲਬ ਸਟੈਂਡ ਹੋਣਾ ਜ਼ਰੂਰੀ ਆ ਮੰਨ ਲਓ ਇੱਕ ਜੇ ਕਾਗਜ਼ਾਂ ਦੇ ਵਿੱਚ ਆਪਾਂ ਗੱਲ ਕਰੀਏ ਕਿ ਬੰਦਾ ਪਰਮਾਨੈਂਟ ਆ ਉਹਦੇ ਪੱਲੇ ਕੱਖ ਨਹੀਂ ਆ ਹਾਂ ਤਾਂ ਵੀ ਇੱਥੇ ਪਰਮਾਨੈਂਟ ਹੋਏ ਨਾ ਹੋਏ ਇੱਕ ਬਰਾਬਰ ਤੇਰੇ ਸਾਹਮਣੇ ਇੱਥੇ ਆ ਇੱਥੋਂ ਦੇ ਗੋਰੇ ਇੱਥੋਂ ਦੇ ਜੰਪਾਲ ਇੱਥੋਂ ਦਾ ਸਾਰਾ ਕੁਝ ਉਹਨਾਂ ਨੂੰ ਵੀ ਗੱਡੀ ਦਾ ਲੋਨ ਨਹੀਂ ਮਿਲਦਾ ਸਹੀ ਗੱਲ ਆ ਨਹੀਂ ਮਿਲਦਾ ਲੋਨ ਨਹੀਂ ਮਿਲਦਾ ਜਿੰਨਾ ਚਿਰ ਫਾਈਨੈਂਸ਼ਲੀ ਬੰਦਾ ਜਿੰਨਾ ਚਿਰ ਬੰਦਾ ਇਹ ਲੋਨ ਦੇਣ ਵਾਲੇ ਵੀ ਵੇਖ ਕੇ ਦਿੰਦੇ ਆ ਕਿ ਜਿੰਨਾ ਚਿਰ ਬੰਦਾ ਆਪ ਲੈ ਕੇ ਗੱਡੀ ਵਰਤਣ ਜੋਗਾ ਨਾ ਹੋਏ ਉਹਨਾਂ ਚਿਰ ਲੋਨ ਵੀ ਨਹੀਂ ਦਿੰਦਾ ਕੋਈ ਇਹਨਾਂ ਨੂੰ ਕੀ ਆ ਵੀ ਲੈ ਲੂਗਾ ਆਪ ਵੀ ਆਪਾਂ ਲੈ ਸਕਦੇ ਹਾਂ ਇੰਨੀ ਪੇ ਹੋਣੀ ਚਾਹੀਦੀ ਬੰਦੇ ਦੀ ਬਾਕੀ ਜੋ ਕਿ ਮੈਨੂੰ ਮੈਸੇਜ ਇਹੀ ਆਉਂਦੇ ਸੀ ਕਿ ਪੀਆਰ ਤੁਸੀਂ ਮਤਲਬ ਡਾਇਰੈਕਟ ਪੀਆਰ ਕੋਈ ਆਉਂਦਾ ਜਾਂ ਪੀਆਰ ਹੁੰਦਾ ਉਹ ਦੱਸੋ ਕਿ ਉਹਦੀ ਕੀ ਜਿਹੜੀ ਹੈ ਸਟੇਟਸ ਉਹਦਾ ਕੀ ਆ ਉਸ ਕੰਟਰੀ ਦੇ ਵਿੱਚ ਆਪਾਂ ਕੋਸ਼ਿਸ਼ ਕੀਤੀ ਆ ਉਹ ਦੱਸਣ ਦੀ ਤੁਸੀਂ ਅੱਗੋਂ ਸਾਨੂੰ ਕਮੈਂਟ ਦੇ ਵਿੱਚ ਦੱਸਿਆ ਕਰੋ ਕਿ ਹਾਂ ਵੀ ਕੀ ਤੁਹਾਡੇ ਕੁਐਸਚਨਸ ਕੀ ਨੇ ਕੀ ਕੁਐਰੀਜ਼ ਨੇ ਆਪਾਂ ਕੋਸ਼ਿਸ਼ ਇਹੀ ਕਰਾਂਗੇ ਆਪਣੇ ਐਕਸਪੀਰੀਅੰਸ ਤੋਂ ਕਲੀਅਰ ਕਰਨ ਦੀ ਭਾਜੀ ਨਾਲ ਜਿਹੜੀ ਚੀਜ਼ ਮੈਨੂੰ ਨਹੀਂ ਪਤਾ ਹੈਗੀ ਭਾਜੀ ਕੋ ਕਲੀਅਰ ਕਰਵਾਵਾਂਗੇ ਤੇ ਇੱਕ ਦੂਸਰੇ ਨਾਲ ਡਿਸਕਸ ਕਰਕੇ ਜੋ ਵੀ ਆ ਤੁਹਾਨੂੰ ਦੱਸਾਂਗੇ ਰਿਐਲਿਟੀ ਦੱਸਾਂਗੇ ਬਟ ਮੈਂ ਇਹ ਨਹੀਂ ਕਹਿੰਦਾ ਕਿ ਇੱਥੇ ਨਾ ਆਓ ਮੈਂ ਇਹ ਕਹਿੰਦਾ ਹੁੰਦਾ ਹਰ ਵਾਰੀ ਹਰ ਵਲੋਗ ਦੇ ਵਿੱਚ ਮੈਨੂੰ ਮੈਸੇਜ ਆਉਂਦੇ ਆ ਕਿ ਆਪ ਚੱਲ ਗਿਆ ਮੈਂ ਇਹ ਕਹਿੰਦਾ ਆ ਜਿਹਦੇ ਕੋਲ ਇਨਫ ਪੈਸਾ ਆ
ਜਿਹੜਾ ਮਿਨੀਮਮ ਹਰ ਵਲੌਗ ਚ ਕਹਿੰਦਾ ਜਿਹੜਾ ਮਿਨੀਮਮ 50 to 60 ਹਜ਼ਾਰ ਰੁਪਇਆ ਕਮਾ ਰਿਹਾ ਆ ਜਾਂ ਲੱਖ ਕਮਾ ਰਿਹਾ ਉਹ ਤਾਂ ਪਾਗਲ ਹੀ ਆ ਭਾਈ ਜਿਹੜਾ ਆ ਰਿਹਾ ਬਿਲਕੁਲ ਬਿਲਕੁਲ ਹਾਂ ਜੇਕਰ ਤੁਸੀਂ ਕਮਾ ਰਹੇ ਜੇ ਵਧੀਆ ਆਪਣਾ ਫੈਮਿਲੀ ਚੱਲ ਰਹੀ ਆ ਯਾਰ ਬੰਦਾ ਸਵੇਰੇ ਜਾਂਦਾ 9 ਵਜੇ ਸ਼ਾਮ ਨੂੰ 5 ਵਜੇ ਆਪਣੇ ਟੱਬਰ ਚ ਤੇ ਆ ਜਾਂਦਾ ਸਭ ਤੋਂ ਮੇਨ ਗੱਲ ਆ ਆਪਣੇ ਟੱਬਰ ਚ ਤੇ ਆ ਜਾਂਦਾ ਆ ਬਿਲਕੁਲ ਜਾਂ ਟੱਬਰ ਇੱਥੇ ਲੈ ਆਓ ਜਾਂ ਟੱਬਰ ਇੱਥੇ ਲੈ ਆਓ ਸਾਰਾ ਲਾਣਾ ਚੁੱਕ ਕੇ ਤੇ ਇੱਥੇ ਲੈ ਆਓ ਤੇ ਇੱਕੋ ਹੀ ਆ ਫਿਰ ਬਸ ਚੱਕਣਾ ਪੈਣਾ ਕੰਮ ਤੁਹਾਨੂੰ ਮਿਹਨਤ ਤੇ ਕਰਨੀ ਪੈਣੀ ਆ ਜੇ ਇੱਥੇ ਵੀ ਆ ਗਏ ਤੇ ਜਾਂ ਉੱਥੇ ਵੀ ਰਹਿ ਗਏ ਮਿਹਨਤ ਕਰ ਲਈਏ ਸਭ ਕੁਝ ਬਿਲਕੁਲ ਠੀਕ ਹੈ ਨਹੀਂ ਬਿਲਕੁਲ ਬਾਕੀ ਜੇਕਰ ਹੋਰ ਕੋਈ ਕੁਐਰੀ ਹੋਈ ਤੇ ਦੱਸਿਓ ਆਪਾਂ ਜ਼ਰੂਰ ਕਲੀਅਰ ਕਰਾਂਗੇ ਠੀਕ ਹੈ ਭਾਜੀ ਕਰਾਂਗੇ ਕਰਾਂਗੇ ਆਪਾਂ ਜ਼ਰੂਰ ਕਲੀਅਰ ਕਰਾਂਗੇ ਤੇ ਹੁਣ ਭਾਜੀ ਸਤਿ ਸ੍ਰੀ ਅਕਾਲ ਬੁਲਾਉਣਗੇ ਨਹੀਂ ਨਹੀਂ ਕੈਮਰੇ ਲੱਗੇ ਫੋਟੋ ਨਾ ਖਿਚਵਾ ਦੀ ਕਿਤੇ ਚਲੋ ਇੱਦਾਂ ਹੀ ਕਰਦੇ ਰਹੋ ਪਿਆਰ ਬੇਸ਼ੁਮਾਰ ਮੈਂ ਤੁਹਾਡਾ ਪੌਲਪ੍ਰੀਤ ਸਿੰਘ ਅਜੇਵਾਲ ਭਾਈ ਨਾਲ ਅਗਲੀ ਵੀਡੀਓ ਤੱਕ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ